ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਅਗਰ ਆਪਣੇ ਫੇਫੜਿਆਂ ਦੇ ਵਿੱਚ ਬਲਗਮ ਜੰਮ ਗਈ ਤਾਂ ਆਪਾਂ ਉਹਨੂੰ ਕਿਵੇਂ ਦੂਰ ਕਰ ਸਕਦੇ ਹਾਂ ਛਾਤੀ ਸੈਸੈਂ ਸੈਂ ਕਰਨ ਲੱਗ ਜਾਂਦੀ ਹੈ ਕਫ ਜੰਮਣ ਲੱਗ ਜਾਂਦੀ ਹੈ ਜੀ ਅੰਦਰ ਉਹਦੇ ਵਾਸਤੇ ਆਪਾਂ ਤੁਹਾਡੀ ਖਾਤਰ ਇੱਕ ਬੜਾ ਸੋਹਣਾ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਹੜਾ ਕੀ ਤੁਹਾਨੂੰ ਬਹੁਤ ਹੀ ਫਾਇਦੇਮੰਦ ਹੈ ਤੇ ਬਹੁਤ ਹੀ ਚੰਗੀ ਤਰ੍ਹਾਂ ਤੁਹਾਡਾ ਮਤਲਬ ਕਿ ਉਹਨੇ ਫੇਫੜਿਆਂ ਨੂੰ ਸਾਫ਼ ਕਰ ਦੇਣਾ ਹੈਗਾ ਤੇ ਉਹ ਮੈਂ ਤੁਹਾਨੂੰ ਦੱਸੂਗੀ ਵੀ ਉਹ ਕਿਹੜੀ-ਕਿਹੜੀ ਚੀਜ਼ ਹੈ ਤੁਸੀਂ ਉਹ ਚੀਜ਼ਾਂ ਵਰਤੋ ਤੇ ਉਹਦੇ ਨਾਲ ਬਿਲਕੁਲ ਤੁਹਾਡੇ ਫੇਫੜਿਆਂ ਦੀ ਸਫਾਈ ਹੋ ਜੂਗੀ ਸਾਹ ਸੌਖਾ ਹੋਣ ਲੱਗ ਜੂਗਾ ਆਕਸੀਜਨ ਮਿਲਣ ਲੱਗ ਜੂਗੀ ਫੇਫੜਿਆਂ ਨੂੰ ਤੇ ਕਾਫੀ ਹੱਦ ਤੱਕ ਤੁਸੀਂ ਠੀਕ ਹੋ ਜਾਓਗੇ ਦਵਾਈਆਂ ਤੋਂ ਰਾਹਤ ਮਿਲ ਜੂਗੀ ਤੁਹਾਨੂੰ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਜਿਹੜਾ ਸਮਾਨ ਚਾਹੀਦਾ ਜੀ ਆਪਾਂ ਨੂੰ ਚਾਹੀਦੇ ਐ ਜੀ ਦੋ ਲੌਂਗ ਥੋੜੀ ਜੀ ਦਾਲਚੀਨੀ ਦਾ ਟੁਕੜਾ ਤੇ ਇਲਾਇਚੀ ਥੋੜਾ ਜਿਹਾ ਅਦਰਕ ਲੈਣਾ ਆਪਾਂ ਮੰਨ ਲਓ ਵੀ ਇੱਕ ਨਿੰਬੂ ਲੈਣਾ ਥੋੜੀ ਥੋੜੀ ਚੀਜ਼ ਲੈਣੀ ਆ ਸਾਰੀ ਤੇ ਇੱਕ ਚਮਚਾਪਾ ਲੈਣਾ ਜੀ ਗ੍ਰੀਨ ਟੀ ਦਾ ਇੱਕ ਚਮਚ ਲੈਣਾ ਜੀ ਆਪਾਂ ਸ਼ਹਿਦ ਠੀਕ ਹੈ ਇਹ ਪੰਜ ਚੀਜ਼ਾਂ ਲੈ ਲਈਆਂ ਜੀ ਅਦਰਕ ਆਪਾਂ ਨੂੰ ਬਿਲਕੁਲ ਹੀ ਥੋੜਾ ਚਾਹੀਦਾ ਹੈ ਜੀ ਉਹਦੀ ਇੱਕ ਡੰਡੀ ਜੀ ਚਾਹੀਦੀ ਅਦਰਕ ਦੀ ਬਾਹਲਾ ਨਹੀਂ ਲੈਣਾ ਹੈਗਾ ਤੇ ਇਹਦੇ ਵਾਸਤੇ ਆਪਾਂ ਰੱਖ ਲਿਆ ਜੀ ਪੈਨ ਉਹਦੇ ਵਿੱਚ ਪਾ ਲਿਆ ਪਾਣੀ ਦਾ ਗਲਾਸ ਠੀਕ ਹੈ ਹੁਣ ਇਹਨੂੰ ਪਾਣੀ ਦੇ ਗਲਾਸ ਦੇ ਵਿੱਚ ਤੁਸੀਂ ਦਾਲਚੀਨੀ ਲੌਂਗ ਤੇ ਇਲਾਇਚੀ ਰੱਖ ਪਾ ਦਿਓ ਜੀ ਇਹਨੂੰ ਉਬਲਣ ਦਿਓ ਤੁਸੀਂ ਵਿੱਚ ਇਹਦੇ ਅਦਰਕ ਪਾ ਦਿਓ ਤੇ ਵਿੱਚ ਹੀ ਤੁਸੀਂ ਇਹਦੇ ਮੰਨ ਲਓ ਨਿੰਬੂ ਪਾ ਦਿਓ ਜਿਹੜਾ ਕੱਟਿਆ ਹੋਇਆ ਸੀ ਵਿੱਦ ਛਿਲਕੇ ਦੇ ਸਮੇਤ ਛਿਲਕੇ ਪਾ ਦਿਓ ਜੀ ਤੇ ਇਹਦੇ ਵਿੱਚ ਹੀ ਆਪਾਂ ਪਾ ਦਾਂਗੇ ਗ੍ਰੀਨ ਟੀ ਜਿਹੜੀ ਇੱਕ ਚਮਚ ਰੱਖੀ ਹੋਈ ਸੀਗੀ ਠੀਕ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਵਾਲ ਲਓ ਜਦੋਂ ਤੁਸੀਂ ਇਹਨੂੰ ਪੀਣ ਲੱਗ ਜਾਓਗੇ ਨਾ ਤੇ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡੇ ਫੇਫੜਿਆਂ ਚੋਂ ਗੰਦੀ ਬਲਗਮ ਜਿਹੜੀ ਜੰਮਾ ਹੋਈ ਪਈ ਹੈ ਉਹ ਸਾਰੀ ਨਿਕਲੇ ਆਉਣੀ ਹੈਗੀ ਐ ਇਹਨੂੰ ਤੁਸੀਂ ਵਧੀਆ ਮੰਨ ਲਓ ਆਪ ਦੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਣਾਉਂਗੇ ਵਧੀਆ ਇਹਨਾਂ ਨੂੰ ਰਿੰਨੋਗੇ ਉਵਾਲੋਗੇ ਤਾਂ ਇਹਨਾਂ ਦਾ ਅਸਰ ਨਿਕਲ ਆਉਣਾ ਜੀ ਵਧੀਆ ਜਿੰਨਾ ਜ਼ਿਆਦਾ ਇਹਨੂੰ ਉਵਾਲੋਗੇ ਉਹਨਾਂ ਜ਼ਿਆਦਾ ਵਧੀਆ ਇਹਦਾ ਅਰਕ ਨਿਕਲੂਗਾ ਤੇ ਉਹਨਾਂ ਜ਼ਿਆਦਾ ਵਧੀਆ ਆਪਣੀ ਦਵਾਈ ਇਹ ਤਿਆਰ ਹੋ ਜੂਗੀ ਇਹ ਬਹੁਤ ਵਧੀਆ ਘਰੇਲੂ ਨੁਸਖਾ ਹੈ ਹੁਣ ਠੰਡ ਆਉਂਦੀ ਜਾਂਦੀ ਹੈ ਜੀ ਤੇ ਤੁਸੀਂ ਇਹਨੂੰ ਪੀਣਾ ਸਟਾਰਟ ਕਰ ਦਿਓ ਜੇ ਕਿਸੇ ਦੇ ਬਲਗਮ ਜਾਮ ਹੋਈ ਹੈ ਜੇ ਛਾਤੀ ਖਖੇ ਖਖੇ ਕਰਦੀ ਹੈਗੀ ਹੈ ਉਹਦੇ ਵਾਸਤੇ ਹੈ ਜੀ ਇਹ ਤੇ ਇਹ ਤੁਸੀਂ ਕੀ ਕਰਨਾ ਇਹਨੂੰ ਚੰਗੀ ਤਰ੍ਹਾਂ ਦੇਖੋ ਉਬਲੀ ਜਾਂਦਾ ਤੁਸੀਂ ਧਿਆਨ ਰੱਖੋ ਕੁੜੀਓ ਇਹਨੂੰ ਤੇ ਇਸ ਤਰ੍ਹਾਂ ਬਣਾ ਕੇ ਤੁਸੀਂ ਘਰੇ ਦੇ ਸਕਦੇ ਹੋ ਬੱਚਿਆਂ ਨੂੰ ਵੀ ਥੋੜੀ ਮਾਤਰਾ ਚ ਪਿਆ ਸਕਦੇ ਆ ਜਾਨੀ ਆਪਾਂ ਜਿਵੇਂ ਆਪਾਂ ਦੂਜਿਆਂ ਨੇ ਗਲਾਸ ਪੀਣਾ ਹੈ ਤੇ ਆ ਦੇਖੋ ਤੁਸੀਂ ਉਬਲ ਗਿਆ ਵਧੀਆ ਬਣ ਗਿਆ ਇਹ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਲਾ ਲੈਣਾ ਹੈ ਇਹਨੂੰ ਪੁੰਨ ਲੈਣਾ ਜੀ ਆਪਾਂ ਜਿਹੜੇ ਗਲਾਸ ਦੇ ਵਿੱਚ ਆਪਣੇ ਦੇ ਵਿੱਚ ਸ਼ਹਿਦ ਪਾਇਆ ਹੋਇਆ ਸੀਗਾ ਉਸ ਗਲਾਸ ਦੇ ਵਿੱਚ ਆਪਾਂ ਇਹਨੂੰ ਪੁੰਨ ਲੈਣਾ ਠੀਕ ਹੈ ਜੀ ਇਹਨੂੰ ਪੁੰਨ ਲੋ ਤੇ ਵਿੱਚ ਉਹ ਸ਼ਹਿਦ ਮਿਲ ਜੂਗਾ ਜਿਹੜਾ ਇੱਕ ਚਮਚਾਪਾ ਪਾਇਆ ਸੀਗਾ ਇਹਨੂੰ ਪੋਣਕੇ ਤੁਸੀਂ ਸਵੇਰੇ ਪੀ ਸਕਦੇ ਹੋ ਜੀ ਖਾਣੇ ਤੋਂ ਪਹਿਲਾਂ ਤੇ ਜੇ ਜ਼ਿਆਦਾ ਦਿੱਕਤ ਹੋਵੇ ਤਾਂ ਰਾਤ ਨੂੰ ਬਣਾ ਕੇ ਪੀ ਲਓ ਨਹੀਂ ਤਾਂ ਸਵੇਰ ਖਾਣੇ ਤੋਂ ਪਹਿਲਾਂ ਪੀ ਲਓ ਤੇ ਉਸ ਤੋਂ ਬਾਅਦ ਖਾਣਾ ਖਾਓ ਜੀ ਤੇ ਬਹੁਤ ਅਸਰ ਕਰਦਾ ਹੈਗਾ ਇਹ ਤੇ ਬਹੁਤ ਹੀ ਵਧੀਆ ਡਰਿੰਕ ਬਣਦਾ ਜੀ ਇਹ ਪੀਓ ਤੁਸੀਂ ਤੇ ਅੱਗੇ ਵੀ ਸ਼ੇਅਰ ਕਰੋ ਵੱਧ ਤੋਂ ਵੱਧ ਹੋਰ ਵੀ ਕਿਸੇ ਵੀਰ ਭਰਾ ਦਾ ਭੈਣ ਦਾ ਕਿਸੇ ਦਾ ਫਾਇਦਾ ਹੋਵੇ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਮੇਰੇ ਚੈਨਲ ਨੂੰ ਤੁਸੀਂ ਫੋਲੋ ਕਰਕੇ ਰੱਖਿਆ ਕਰੋ ਜੀ ਤੇ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲੇ ਪਹਿਲਾਂ ਆਉਣ ਤੇ ਆ ਤੁਸੀਂ ਦੇਖੋ ਇਸ ਤਰ੍ਹਾਂ ਬਣਾਓ ਤੇ ਇਹਦਾ ਇਸਤੇਮਾਲ ਕਰੋ ਤੁਸੀਂ ਤੇ ਬਹੁਤ ਹੀ ਵਧੀਆ ਡਰਿੰਕ ਹੈ ਜੀ ਬਹੁਤ ਵਧੀਆ ਦਵਾਈ ਬਣਦੀ ਹੈ ਇਹ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ